ਜੇ ਦੀਦੀ ਮੈਂ ਸੈਲਡ ਖਾ ਲਿਆ ਕਰਾਂ ਅਤੇ ਉਹਦੇ ਨਾਲ ਦਾਲ ਐਵਰੀ ਨਾਈਟ ਦਾਲ ਕਰ ਲਿਆ ਕਰਾਂ ਤਾਂ ਮੇਰੇ ਕੋਲ ਇੰਨਾ ਟਾਈਮ ਜਿਹਾ ਨਹੀਂ ਹੁੰਦਾ ਕੁੱਕ ਕਰਨੇ ਦਾ, ਅਤੇ ਫਿਰ ਠੀਕ ਰਹੂਗਾ ਮੈਂ ਇੱਦਾਂ ਪ੍ਰੋਗਰਾਮ ਫੋਲੋ ਕਰ ਲੈਂਦੀ ਹਾਂ। ਮੈਂ ਕਿਹਾ ਪਹਿਲਾਂ ਮੈਨੂੰ ਦੱਸੋ ਤੁਸੀਂ ਮੇਰਾ ਪ੍ਰੋਗਰਾਮ ਕਰਨਾ ਹੈਗਾ, ਮੇਰੇ ਨਾਲ ਪ੍ਰੋਗਰਾਮ ਕਰਨਾ ਹੈ, ਜਾਂ ਤੁਸੀਂ ਆਪਣਾ ਪ੍ਰੋਗਰਾਮ ਮੈਨੂੰ ਕਰਵਾਉਣਾ ਹੈਗਾ। ਪਹਿਲਾਂ ਇਹ ਗੱਲ ਕਲੀਅਰ ਕਰ ਦਿਓ, ਹੈ ਨਾ, ਕਿਉਂਕਿ ਮੇਰੇ ਪ੍ਰੋਗਰਾਮ ਦੇ ਵਿੱਚ ਤੁਸੀਂ ਇੱਦਾਂ ਨਹੀਂ ਕਰ ਸਕਦੇ, ਠੀਕ ਆ। ਇਹ ਮੇਰਾ ਪ੍ਰੋਗਰਾਮ ਨਹੀਂ ਹੈਗਾ, ਮੈਂ ਤੁਹਾਨੂੰ ਮੀਲ ਪਲੈਨ ਇੰਨਾ ਈਜ਼ੀ ਕਰਕੇ ਦਿੰਦੀ ਹਾਂ, ਤੁਹਾਡੀ ਚੋਇਸ ਦੇ ਹਿਸਾਬ ਦੇ ਨਾਲ ਦਾਲ ਸਬਜ਼ੀ ਸਾਰਾ ਕੁਛ ਐਡ ਕਰਕੇ ਦੇਣੀ, ਫਿਰ ਤੁਸੀਂ ਆਪਣੇ ਵਿੱਚ ਢੁੱਚਣਾ ਨਹੀਂ, ਡਰ ਨਹੀਂ ਦਿੰਦੇ ਹੈ, ਐਂ ਨਹੀਂ ਗੱਲ ਬਣਦੀ। ਕਿਉਂਕਿ ਸੈਲਡ ਵਾਲਾ ਕੰਮ, ਰੋਜ਼ ਰਾਤ ਨੂੰ ਇੱਕੋ ਹੀ ਦਾਲ ਸਬਜ਼ੀ ਖਾਣ ਵਾਲਾ ਕੰਮ ਤੁਸੀਂ ਪਹਿਲਾਂ ਕਰ ਚੁੱਕੇ ਆ, ਤੁਹਾਨੂੰ ਰਿਜ਼ਲਟ ਨਹੀਂ ਮਿਲਿਆ, ਤਾਂ ਹੀ ਤੁਸੀਂ ਮੇਰੇ ਕੋਲ ਆਏ ਆ। ਸੋ ਜਿਹੜਾ ਮੇਰਾ ਪ੍ਰੋਗਰਾਮ ਆ ਉਹਨੂੰ ਫੋਲੋ ਕਰੋ, ਤੁਹਾਨੂੰ ਇੰਨੇ ਸੋਹਣੇ ਰਿਜ਼ਲਟ ਮਿਲਦੇ ਪਏ ਆ, ਤੇ ਉਹਦੇ ਵਿੱਚ ਟੁੱਚਰਾਂ ਡਾ ਕੇ ਮੇਰੇ ਪ੍ਰੋਗਰਾਮ ਨੂੰ ਬਦਨਾਮ ਨਾ ਕਰੋ, ਉਹਨੂੰ ਖਰਾਬ ਨਾ ਕਰੋ। ਇਹ ਤਾਂ ਜੀ ਆਪਾਂ ਤੁਹਾਨੂੰ ਬੇਨਤੀ ਹੀ ਕਰ ਸਕਦੇ।